ਸਤਿ ਸ੍ਰੀ ਅਕਾਲ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਫ੍ਰੀ ਜੀਕੇ ਇਨ ਪੰਜਾਬੀ ਠੀਕ ਹੈ ਜੀ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਆਪਣੀ ਪਹਿਲੀ ਕਲਾਸ YouTube ਦੀ ਠੀਕ ਆ ਤੁਹਾਨੂੰ ਮੈਂ ਪਹਿਲਾਂ ਇੰਟਰੋਡਕਸ਼ਨ ਆਪਣੀ ਵੀਡੀਓ ਇੱਕ ਪਾਈ ਦੀ ਕੁਝ ਦਿਨ ਪਹਿਲਾਂ ਤੇ ਉਹਦੇ ਵਿੱਚ ਆਪਾਂ ਸਭ ਸਾਰੀ ਡਿਟੇਲ ਦਿੱਤੀ ਆ ਵੀ ਆਪਾਂ ਕਿਸ ਤਰ੍ਹਾਂ ਨਾਲ ਕਵਰ ਕਰਾਂਗੇ ਸਾਰੀ ਸੀਰੀਜ਼ ਨੂੰ ਠੀਕ ਆ ਜੀ ਤੇ ਉਹਦਾ ਅੱਜ ਆਪਾਂ ਪਹਿਲਾ ਲੈਕਚਰ ਲੈਣ ਜਾ ਰਹੇ ਹਾਂ ਪੰਜਾਬ ਦਾ ਭੰਗੌਰ ਠੀਕ ਆ ਜੀ ਪੰਜਾਬ ਜੀਕੇ ਦੀ ਕਲਾਸ ਹੋਊਗੀ ਇਹ ਤੇ ਆਪਾਂ ਪੂਰੀ ਜਾਨੀ ਬੇਸਿਕ ਤੋਂ ਲੈ ਕੇ ਪੂਰੀ ਜਾਨੀ ਕਿ ਜਿੰਨਾ ਵੀ ਪੰਜਾਬ ਜੀਕੇ ਦੇ ਵਿੱਚ ਜੋ ਵੀ ਕੁਐਸਚਨ ਬਣ ਸਕਦੇ ਨੇ ਜਾਂ ਜੋ ਜਿਸ ਤਰ੍ਹਾਂ ਦੇ ਵੀ ਕੁਐਸਚਨ ਪ੍ਰੀਵੀਅਸ ইয়ার ਪੇਪਰਾਂ ਚ ਆਏ ਨੇ ਠੀਕ ਹੈ ਜੀ ਉਸ ਹਿਸਾਬ ਨਾਲ ਆਪਾਂ ਕਵਰ ਕਰਾਂਗੇ ਠੀਕ ਹੈ ਜੀ ਤਾਂ ਤੁਸੀਂ ਚੈਨਲ ਨਾਲ ਬਣੇ ਰਹਿਣਾ ਤੇ ਤੁਹਾਨੂੰ ਇਹਦੀ ਫ੍ਰੀ ਪੀਡੀਐਫ ਵੀ ਤੁਹਾਨੂੰ ਮਿਲੇਗੀ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਆਂ ਆਪਾਂ ਆਪਣਾ ਪਹਿਲਾ ਲੈਕਚਰ ਠੀਕ ਹੈ ਜੀ ਪੰਜਾਬ ਦਾ ਪੰਘੋਲ ਠੀਕ ਹੈ ਜੀ ਤੇ ਇਹਦੇ ਵਿੱਚ ਪੰਜਾਬ ਦੇ ਪੰਘੋਲ ਦੇ ਵਿੱਚ ਪਹਿਲਾ ਅਨਜਾਣ ਵਾਲਾ ਜੇ ਕਹਿੰਦਾ ਪੰਜਾਬ ਭਾਰਤ ਦੇ ਉੱਤਰ ਪੱਛਮ ਜਾਨਕੀ ਨਾਰਥ ਵੈਸਟ ਭਾਗ ਵਿੱਚ ਸਥਿਤ ਹ ਠੀਕ ਹੈ ਜੀ ਜਾਨਕੀ ਆਪਣੇ ਪੇਪਰਾਂ ਦੇ ਵਿੱਚ ਮੇਨ ਇਸ ਤਰ੍ਹਾਂ ਦੇ ਕੁਐਸਚਨ ਮੰਨਦੇ ਆ ਕਿ ਪੰਜਾਬ ਭਾਰਤ ਦੇ ਕਿਹੜੇ ਪਾਸੇ ਦੇ ਵਿੱਚ ਸਥਿਤ ਹ ਠੀਕ ਹੈ ਜੀ ਜਾਨਕੀ ਨਕਸ਼ੇ ਦੇ ਅਕੋਰਡਿੰਗ ਠੀਕ ਹੈ ਜੀ ਇਹਦੇ ਵਿੱਚ ਆ ਗਿਆ ਜੀ ਉੱਤਰ ਪੱਛਮ ਠੀਕ ਹੈ ਜੀ ਇਹ 29 ਇਹ ਆਪਣਾ ਕੀ ਕਹਿੰਦਾ ਹੁੰਦਾ 29 ਡਿਗਰੀ 30 ਡਿਗਰੀ ਉੱਤਰ ਤੋਂ 32 ਡਿਗਰੀ 32 ਡਿਗਰੀ ਉੱਤਰੀ ਅਕਸ਼ਾਂਸ਼ 37°55' ਪੂਰਬ ਤੋਂ 76°50' ਪੂਰਬ ਦੇਸ਼ਾਂਤਰ ਤੱਕ ਫੈਲਿਆ ਹੋਇਆ ਹੈ ਠੀਕ ਹੈ ਜੀ ਜਾਨਕਿ ਇਹਨੂੰ ਤੁਸੀਂ ਇਸ ਤਰ੍ਹਾਂ ਨਾਲ ਯਾਦ ਰੱਖਦੇ ਹੋ ਕਿ ਆਪਣਾ ਜਿੱਦਾਂ ਹੁੰਦਾ ਨਾ ਲੈਟੀਟਿਊਡ ਤੇ ਲੌਂਗੀਟਿਊਡ ਠੀਕ ਹੈ ਜੀ ਲੈਟੀਟਿਊਡ ਇਹਦਾ ਹੈਗਾ 29°30' ਵਾਲਾ ਤੇ ਲੌਂਗੀਟਿਊਡ ਇਹਦਾ ਹੈਗਾ ਜੀ ਆਪਣਾ 73°55' ਵਾਲਾ ਠੀਕ ਹੈ ਜੀ ਤੇ ਨੈਕਸਟ ਆਪਾਂ ਅਗਲਾ ਪੁਆਇੰਟ ਵੱਲ ਚੱਲਦੇ ਹਾਂ ਠੀਕ ਹੈ ਜੀ ਇਸ ਦੇ ਉੱਤਰ ਅਤੇ ਦੱਖਣ ਵਿਚਲੀ ਦੂਰੀ ਲਗਭਗ 335 ਕਿਲੋਮੀਟਰ ਆ ਠੀਕ ਹੈ ਜੀ ਹੁਣ ਇਹ ਬਹੁਤ ਇੰਪੋਰਟੈਂਟ ਪੁਆਇੰਟ ਬਣ ਜਾਂਦਾ ਹੈਕਰ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਏਗਾ ਕਿ ਪੰਜਾਬ ਦੇ ਜਿਹੜੇ ਕਿਲੋਮੀਟਰ ਦੇ ਵਿੱਚ ਜਾਨਕੀ ਸਕੁਆਇਰ ਕਿਲੋਮੀਟਰ ਆ ਜਗੀ ਇਹ ਠੀਕ ਹੈ ਜੀ ਉੱਤਰ ਤੋਂ ਲੈ ਕੇ ਦੱਖਣ ਤੱਕ ਦੀ ਜਿਹੜੀ ਦੂਰੀ ਕਿੰਨੀ ਆ ਠੀਕ ਹੈ ਜੀ ਇਹ ਹੈਗੀ ਆ 335 ਕਿਲੋਮੀਟਰ ਪੂਰਬ ਤੋਂ ਲੈ ਕੇ ਪੱਛਮ ਤੱਕ ਜਿਹੜੀ ਹੁੰਦੀ ਆ ਦੂਰੀ ਠੀਕ ਹੈ ਜੀ ਇਹ ਹੈਗੀ ਆ 300 ਸਕੁਆਇਰ ਕਿਲੋਮੀਟਰ ਠੀਕ ਹੈ ਜੀ ਨੈਕਸਟ ਆ ਗਏ ਸਾਡੇ ਕੋਲੇ ਪੱਛਮ 'ਚ ਠੀਕ ਹੈ ਜੀ ਪੱਛਮ ਦੇ ਵਿੱਚ ਆਪਣਾ ਹੈਗੀ ਹੈ ਜੀ ਇਹਦੀ ਪਾਕਿਸਤਾਨ ਨਾਲ ਇਹਦੀ ਅੰਤਰਰਾਸ਼ਟਰੀ ਸਰਹੱਦ ਲੱਗਦੀ ਆ ਠੀਕ ਹੈ ਜੀ ਪੱਛਮ ਦੇ ਵਿੱਚ ਠੀਕ ਹੈ ਜੀ ਉੱਤਰ 'ਚ ਇਹਦੀ ਸਰਹੱਦ ਲੱਗਦੀ ਆ ਜੀ ਜੰਮੂ ਕਸ਼ਮੀਰ ਨਾਲ ਪੂਰਬ ਦੇ ਵਿੱਚ ਲੱਗਦੀ ਆ ਜੀ ਹਿਮਾਚਲ ਪ੍ਰਦੇਸ਼ ਨਾਲ ਤੇ ਦੱਖਣ 'ਚ ਲੱਗਦੀ ਆ ਆਪਣੀ ਹਰਿਆਣਾ ਤੇ ਰਾਜਸਥਾਨ ਨਾਲ ਠੀਕ ਹੈ ਜੀ ਜਾਨਕਿ ਇਹ ਵੀ ਕੁਐਸਚਨ ਆਪਣਾ ਆ ਸਕਦਾ ਵਾ ਠੀਕ ਹੈ ਜੀ ਤੋਂ ਚੰਗੀ ਤਰ੍ਹਾਂ ਤੁਸੀਂ ਇਹਨੂੰ ਪੀਡੀਐਫ ਮੈਂ ਪ੍ਰੋਵਾਈਡ ਕਰ ਦਾਂਗਾ ਤੁਹਾਨੂੰ ਤੇ ਪੀਡੀਐਫ ਤੋਂ ਚੰਗੀ ਤਰ੍ਹਾਂ ਤੁਸੀਂ ਪੜ ਲੈਣਾ ਇਹਨੂੰ ਠੀਕ ਹੈ ਜੀ ਨੈਕਸਟ ਆ ਗਿਆ ਜੀ ਪੰਜਾਬ ਭਾਰਤ ਦੇ ਉੱਤਰੀ ਮੈਦਾਨੀ ਖੇਤਰ ਦਾ ਪੱਛਮੀ ਭਾਗ ਹੈ ਠੀਕ ਆ ਜੀ ਜਾਨਕੀ ਉੱਤਰੀ ਮੈਦਾਨੀ ਖੇਤਰ ਦੇ ਖੇਤਰ ਨੂੰ ਸਤਲੁਜ ਗੰਗਾ ਮੈਦਾਨ ਵੀ ਕਿਹਾ ਜਾਂਦਾ ਜਾਨਕੀ ਇਹਨੂੰ ਜਿਹੜੇ ਉੱਤਰੀ ਮੈਦਾਨੀ ਖੇਤਰ ਹੁੰਦੇ ਨੇ ਇਹਨੂੰ ਸਤਲੁਜ ਗੰਗਾ ਮੈਦਾਨ ਵੀ ਕਹਿੰਦੇ ਆ ਠੀਕ ਆ ਜੀ ਨੈਕਸਟ ਆ ਗਿਆ ਜੀ ਇਸ ਦਾ ਆਕਾਰ ਤਕਾਉਣਾ ਹੈ ਪੰਜਾਬ ਦਾ ਜਾਨਕੀ ਜਿਹੜਾ ਆਪਣਾ ਆਕਾਰ ਵਾ ਉਹ ਠੀਕ ਆ ਜੀ ਨਕਸ਼ੇ ਵਾਈਜ਼ ਹੈਗਾ ਵਾ ਤਰਕਾਉਣਾ ਵਾ ਜਿਸ ਦਾ ਖੇਤਰਫਲ 50362 ਕਿਲੋਮੀਟਰ ਤੇ ਇਹਦਾ ਕੁੱਲ ਜਾਨਕੀ ਜਿੰਨਾ ਵੀ ਆਪਣਾ ਏਰੀਆ ਵਾ ਨਾ ਆਪਣਾ ਇੰਡੀਆ ਦਾ ਜਿੰਨਾ ਵੀ ਏਰੀਆ ਵਾ ਤਾਂ ਉਹਦਾ ਪੰਗੋਲਕ ਖੇਤਰ ਦਾ 1.54% ਵਾ ਠੀਕ ਹੈ ਜੀ ਤਾਂ ਹੁਣ ਆਪਾਂ ਨੈਕਸਟ ਆਪਾਂ ਕਰਾਂਗੇ ਆਪਣਾ ਨੈਕਸਟ ਆਪਣਾ ਹੈਗਾ ਬਾਜੀ ਪੰਗੋਲਕ ਰੂਪਰੇਖਾ ਠੀਕ ਹੈ ਜੀ ਤਾਂ ਇਹਦੇ ਵਿੱਚ ਆਪਣਾ ਪਹਿਲਾਂ ਆ ਜਾਂਦਾ ਜੀ ਪੰਜਾਬ ਨੂੰ ਹੇਡ ਹੇਟ ਲਗੀਆਂ ਧਰਾਤਲ ਕਿਸਮਾਂ ਦੇ ਵਿੱਚ ਵੰਡਿਆ ਗਿਆ ਵਾ ਠੀਕ ਹੈ ਜੀ ਤਾਂ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਸਾਰਿਆਂ ਤੋਂ ਪਹਿਲਾਂ ਆ ਗਿਆ ਜੀ ਆਪਣਾ ਇਹਦੇ ਵਿੱਚ ਸ਼ਵਾਲਕ ਪਹਾੜੀਆਂ ਠੀਕ ਆ ਕੰਢੀ ਖੇਤਰ ਦਰਿਆਈ ਮਿੱਟੀ ਦੇ ਮદાન ਤੇ ਟਿੱਲੇ ਵਾਲੇ ਖੇਤਰ ਠੀਕ ਆ ਤੇ ਨੈਕਸਟ ਆਉਂਦਾ ਹੈ ਆਪਣਾ ਹੁਣ ਆਪਾਂ ਪਹਿਲਾਂ ਸ਼ਵਾਲਕ ਪਹਾੜੀਆਂ ਨੂੰ ਆਪਾਂ ਪੂਰੀ ਤਰ੍ਹਾਂ ਨਾਉ ਕਰਾਂਗੇ ਠੀਕ ਆ ਜੀ ਪੰਜਾਬ ਦਾ ਇਹ ਪਹਾੜੀ ਇਲਾਕਾ ਜਿਸ ਦੀ ਚੜਾਈ ਲਗਭਗ 5 ਤੋਂ 12 ਕਿਲੋਮੀਟਰ ਹੈ ਠੀਕ ਆ ਜੀ ਪਹਾੜੀ ਇਲਾਕਾ ਵਾ ਇਹ ਪੰਜਾਬ ਦਾ ਰਾਜ ਦੇ ਉੱਤਰੀ ਪੂਰਬੀ ਸਿਰੇ ਤੇ ਆ ਹੈ ਜੀ 5 ਤੋਂ 12 ਕਿਲੋਮੀਟਰ ਦੀ ਚੜਾਈ ਆ ਠੀਕ ਆ ਜੀ ਇਹ ਇਲਾਕਾ ਪੰਜ ਜ਼ਿਲ੍ਹਿਆਂ ਦੇ ਪੂਰਬੀ ਭਾਗਾਂ ਵਿੱਚੋਂ ਦੀ ਹੋ ਕੇ ਲੰਘਦਾ ਹੈ ਆ ਜਾਨੀ ਜ਼ਿਲ੍ਹੇ ਆਪਾਂ ਯਾਦ ਕਰਨੇ ਆ ਠੀਕ ਆ ਜੀ ਪਠਾਨਕੋਟ ਹੋ ਗਿਆ ਗਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਆ ਗਿਆ ਨਵਾਂ ਸ਼ਹਿਰ ਹੋ ਗਿਆ ਤੇ ਰੂਪਨਗਰ ਆ ਗਿਆ ਠੀਕ ਆ ਉਸ ਤੋਂ ਅੱਗੇ ਆ ਜਾਂਦਾ ਵਾ ਜੀ ਸਾਡੇ ਕੋਲੇ ਇੱਕ ਦਵਾਰ ਦੀ ਤਰ੍ਹਾਂ ਪੂਰਬ ਤੋਂ ਦੱਖਣ ਦੱਖਣ ਪੂਰਬ ਵੱਲ ਨੂੰ ਗੁਜ਼ਰਦਾ ਹੈ ਠੀਕ ਆ ਜੀ ਹਿਮਾਲਿਆ ਪਰਬਤਾਂ ਨੂੰ ਮੈਦਾਨਾਂ ਨਾਲੋਂ ਵੱਖ ਕਰਦਾ ਵਾ ਇਹਦੀ ਉਚਾਈ ਸਮੁੰਦਰ ਤਲ ਤੋਂ ਉਚਾਈ ਪੁੱਛ ਸਕਦੇ ਨੇ ਉਹ ਠੀਕ ਆ ਜੀ ਆਪਣਾ ਸ਼ਵਾਲਕ ਪਹਾੜੀਆਂ ਦੀ ਸਮੁੰਦਰ ਤਲ ਤੋਂ ਜੇਕਰ ਉਚਾਈ ਪੁੱਛ ਲਈ ਤਾਂ ਉਹ ਹੋएगी ਆਪਣੀ 400 ਤੋਂ 700 ਮੀਟਰ ਹੈ ਠੀਕ ਆ ਜੀ ਮੈਦਾਨਵਲ ਇਹਨਾਂ ਪਰਬਤਾਂ ਦੀ ਢਾਲ ਮੱਧਮ ਹੁੰਦੀ ਆ ਜਦੋਂ ਕਿ ਹਿਮਾਚਲਵਲ ਨੂੰ ਪੈਂਦੇ ਜਿਹੜੇ ਪਰਬਤ ਹੁੰਦੇ ਨੇ ਨਾ ਤਾਂ ਉਹਨਾਂ ਦੀ ਢਾਲ ਆਪਣੀ ਤੇਜ਼ ਹੁੰਦੀ ਆ ਨੈਕਸਟ ਆ ਗਿਆ ਜੀ ਕੰਢੀ ਖੇਤਰ ਕੰਢੀ ਖੇਤਰ ਚ ਸ਼ਵਾਲਕ ਦੀਆਂ ਪਹਾੜੀਆਂ ਆਪਣੇ ਪੱਛਮ ਵਿੱਚ ਹੁੰਦੀਆਂ ਨੇ ਅਤੇ ਆਪਣੇ ਪੂਰਬ ਵਿੱਚ ਰੂਪਨਗਰ ਦੇ ਨੂਰਪੁਰ ਵੇਦੀ ਬਲਾਕ ਵਿੱਚ ਅਣ ਉਪਜਾਊ ਅਤੇ ਖੁਰਦਰੀ ਮਿੱਟੀ ਵਿੱਚ ਬਦਲ ਜਾਂਦੀਆਂ ਨੇ ਯਾਨੀ ਕਿ ਜਦੋਂ ਸ਼ਵਾਲਕ ਦੀਆਂ ਪਹਾੜੀਆਂ ਖੁਰਦਰੀ ਮਿੱਟੀ ਵਿੱਚ ਬਦਲ ਜਾਂਦੀਆਂ ਨੇ ਠੀਕ ਹੈ ਜੀ ਜਿਸ ਨੂੰ ਉੱਚੀ ਭੂਮੀ ਦਾ ਮੈਦਾਨ ਯਾਨੀ ਉਸ ਨੂੰ ਫਿਰ ਆਪਾਂ ਕੰਢੀ ਖੇਤਰ ਕਹਿ ਦਿੰਦੇ ਹਾਂ ਠੀਕ ਹੈ ਜੀ ਤੇ ਕੰਢੀ ਖੇਤਰ ਹੁਣ ਕਿਹੜੇ-ਕਿਹੜੇ ਨੇ ਕੰਢੀ ਖੇਤਰ ਦੇ ਵਿੱਚ ਪਠਾਨਕੋਟ ਆ ਜਾਂਦਾ ਹੁਸ਼ਿਆਰਪੁਰ ਆ ਜਾਂਦਾ ਰੋਪੜ ਆ ਜਾਂਦਾ ਚੰਡੀਗੜ੍ਹ ਆ ਜਾਂਦਾ ਠੀਕ ਹੈ ਜੀ ਵਿਚਕਾਰ ਕਿਤੇ ਕਿਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਹੜਾਂ ਵਾਲੇ ਮੈਦਾਨ ਵੀ ਨਜ਼ਰ ਆਉਂਦੇ ਨੇ ਠੀਕ ਆ ਤੇ ਨੈਕਸਟ ਜੀ ਇਹਦੇ ਵਿੱਚ ਆਪਣਾ ਇਸ ਦੇ ਵਿੱਚ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਹਿੱਸੇ ਵੀ ਸ਼ਾਮਲ ਹੋ ਜਾਂਦੇ ਆ ਠੀਕ ਆ ਜੀ ਕੰਢੀ ਖੇਤਰ ਚ ਕਹਿੰਦਾ ਜੀ ਇਹ ਇਲਾਕਾ ਇੱਕ ਪਤਲੇ ਅਤੇ ਲੰਮੇ ਖੇਤਰ ਵਿੱਚ ਸ਼ਵਾਲਕ ਪਹਾੜੀਆਂ ਦੇ ਨਾਲ-ਨਾਲ ਪੂਰੇ ਰਾਹ ਵੱਖ-ਵੱਖ ਨਾਵਾਂ ਹੇਠ ਲੰਘਦਾ ਹੈ ਤੇ ਇਹਦੇ ਹੁਣ ਤਿੰਨ ਨਾਂ ਹੋ ਗਏ ਕੰਢੀ ਵੀ ਕਹਿ ਦਿੰਨੇ ਆਪਾਂ ਇਹਨੂੰ ਘਾਰ ਵੀ ਕਹਿ ਦਿੰਨੇ ਆ ਤੇ ਚੰਗਾਰ ਵੀ ਕਹਿ ਦਿੰਨੇ ਆ ਠੀਕ ਆ ਜੀ ਕੰਡੀ ਕੀ ਹੁੰਦਾ ਕੰਡੀ ਦਾ ਬਸ ਉਹੀ ਵੀ 300 400 ਮੀਟਰ ਦੀ ਉਚਾਈ ਤੇ ਹੁੰਦੀ ਹੈ ਜਿਹੜੀ ਸਮੁੰਦਰ ਤਲ ਦੇ ਠੀਕ ਆ ਉਹਨੂੰ ਆਪਾਂ ਕੰਡੀ ਏਰੀਆ ਕਹਿ ਦਿੰਨੇ ਆ ਚੰਗਾਰ ਰੂਪਨਗਰ ਜ਼ਿਲ੍ਹੇ ਦੇ ਬਲਾਕ ਆਨੰਦਪੁਰ ਸਾਹਿਬ ਵਿੱਚ ਕੰਡੀ ਨੂੰ ਹੀ ਚੰਗਾਰ ਦਾ ਨਾਮ ਦਿੱਤਾ ਜਾਂਦਾ ਵਾ ਠੀਕ ਆ ਜੀ ਇਹ ਖੇਤਰ ਸਤਲੁਜ ਦਰਿਆ ਦੇ ਖੱਬੇ ਪਾਸੇ ਫੈਲੇ ਆਇਆ ਹੈ ਅੱਗੇ ਆਗੇ ਜੀ ਘਾਰ ਘਾਰ ਦੇ ਵਿੱਚ ਉਹ ਕਹਿੰਦੇ ਜੀ ਸ਼ਵਾਲਕ ਦੇ ਪੱਛਮ ਵਿੱਚ ਇਹ ਉੱਚੀ ਅਤੇ ਅਨੁਸ਼ੇਧਿਤ ਭੂਮੀ ਨੂੰ ਰੋਪੜ ਜ਼ਿਲ੍ਹੇ ਅਤੇ ਸਰਸਾ ਨਦੀ ਦੇ ਪਿਛੇ ਪੱਛਮੀ ਭਾਗ ਨੂੰ ਵੀ ਘਾਰ ਦਾ ਨਾਂ ਦਿੱਤਾ ਗਿਆ ਵਾ ਠੀਕ ਹੈ ਜੀ ਹੁਣ ਆਪਾਂ ਅਗਲਾ ਪੁਆਇੰਟ ਕਰਾਂਗੇ ਜੀ ਦਰਿਆਈ ਮਿੱਟੀ ਦੇ ਮੈਦਾਨ ਠੀਕ ਹੈ ਜੀ ਦਰਿਆਈ ਮਿੱਟੀ ਦੇ ਮੈਦਾਨਾਂ ਦੇ ਜਿਹੜੇ ਕਹਿੰਦਾ ਪੰਜਾਬ ਦੇ ਇਹ ਮੈਦਾਨ ਮਹਾਨ ਸਿੰਧ ਗੰਗਾ ਮੈਦਾਨਾਂ ਦਾ ਹੀ ਭਾਗ ਹਨ ਜੋ ਕਿ ਹਿਮਾਲਾ ਉੱਚਾ ਉੱਠ ਜਾਣ ਕਰਨ ਨੀਵੇਂ ਰਹੇ ਜਿਸ ਦੇ ਕਰਕੇ ਇਹਨੂੰ ਦਰਿਆਈ ਮਿੱਟੀ ਦੇ ਮੈਦਾਨ ਕਹਿੰਦੇ ਨੇ ਠੀਕ ਹੈ ਜੀ ਪੰਜਾਬ ਦੇ ਇਹ ਮੈਦਾਨ ਸਮੁੰਦਰੀ ਤੱਟ ਤੋਂ 180 ਤੋਂ 300 ਮੀਟਰ ਦੀ ਉਚਾਈ ਤੇ ਨੇ ਸ਼ਵਾਲਕ ਦੀਆਂ ਪਹਾੜੀਆਂ ਨੇੜੇ ਇਹ ਉਚਾਈ ਵੱਧ ਹਾਂ ਅਤੇ ਹੌਲੀ-ਹੌਲੀ ਇਹ ਢਲਾਨ ਘਟਦੀ ਜਾਂਦੀ ਹੈ ਠੀਕ ਆ ਰੂਪਨਗਰ ਇਹਦੇ ਵਿੱਚ ਕਿਹੜੇ-ਕਿਹੜੇ ਆ ਜਾਂਦਾ ਜੀ ਰੂਪਨਗਰ ਆ ਗਿਆ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਗੁਰਦਾਸਪੁਰ ਜ਼ਿਲ੍ਹੇ ਸਮੁੰਦਰ ਤਲ ਤੋਂ ਜੋ 70 ਤੋਂ 300 ਮੀਟਰ ਦੀ ਚਾਈਤੀ ਨਾਲ ਢਲਾਨ ਪੂਰਬ ਤੋਂ ਪੱਛਮ ਵੱਲ ਹੁੰਦੀ ਹੈ ਇਹਦੀ ਤੇ ਇਹ ਢਲਾਨ ਪੂਰਬੀ ਖੇਤਰਾਂ ਵਿੱਚੋਂ ਅ ਵਿੱਚ ਪੱਛਮੀ ਖੇਤਰਾਂ ਨਾਲੋਂ ਵੱਧ ਪਈ ਜਾਂਦੀ ਹੈ ਠੀਕ ਆ ਜੀ ਇਹ ਇਲਾਕਾ ਰਾਜ ਦੇ ਕੁੱਲ ਖੇਤਰਫਲ ਦਾ 70% ਭਾਗ ਹੁੰਦਾ ਠੀਕ ਆ ਜੀ ਦਰਿਆਈ ਮਿੱਟੀ ਦੇ ਮਾਦਾਨੇ ਹੁਣ ਆ ਗਿਆ ਜੀ ਦਰੈਜ ਮਿੱਟੀ ਦੇ ਜਿਹੜੇ ਆਪਣੇ ਮਦਾਵਨ ਆ ਠੀਕ ਆ ਜੀ ਇਹਦੇ ਤਿੰਨ ਜਾਣੇ ਪਛਾਣੇ ਖੇਤਰ ਹੁੰਦੇ ਨੇ ਠੀਕ ਆ ਜੀ ਇੱਕ ਉਹਦਾ ਮੱਝਾ ਜਿਹਨੂੰ ਆਪਾਂ ਅਪਰਵਾਰੀ ਦੁਆਬ ਕਹਿ ਦਿੰਨੇ ਆ ਦੁਆਬਾ ਬਿਸਤ ਦੁਆਬ ਕਹਿ ਦਿੰਨੇ ਆ ਮਾਲਵਾ ਪੱਧਰੀ ਜ਼ਮੀਨ ਵਾਲੇ ਇਲਾਕੇ ਠੀਕ ਆ ਜੀ ਇਹ ਮੋਸਟ ਮੋਸਟ ਇੰਪੋਰਟੈਂਟ ਕਰਕੇ ਮਾਰਕ ਕਰ ਲਿਓ ਇਹਨੂੰ ਠੀਕ ਆ ਜੀ ਮੱਝਾ ਅਪਰਵਾਰੀ ਦੁਆਬ ਇਹ ਖੇਤਰ ਚਾਰ ਜ਼ਿਲ੍ਹਿਆਂ 'ਚ ਫੈਲਿਆ ਹੋਇਆ ਵਾ ਠੀਕ ਆ ਆਪਾਂ ਨੂੰ ਕੁਐਸਚਨ ਆਜੂਗਾ ਕਿ ਮੱਝੇ 'ਚ ਕਿਹੜੇ-ਕਿਹੜੇ ਜ਼ਿਲ੍ਹੇ ਨਹੀਂ ਜਾਂ ਇਹਨਾਂ ਦੇ ਵਿੱਚੋਂ ਚਾਰ ਆਪਸ਼ਨ ਦੇ ਕੇ ਕਹਿ ਦੇਣਗੇ ਜ ਠੀਕ ਹੈ ਜੀ ਇਹਦਾ ਚਾਰਜ ਜਲੇ ਹੈਗਾ ਜੀ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਅਤੇ ਤਰਨਤਾਰਨ ਇਸ ਦੇ ਪੱਛਮ ਵਿੱਚ ਰਾਵੀ ਪੂਰਬ ਵਿੱਚ ਵਿਆਸ ਅਤੇ ਦੱਖਣ ਚ ਸਤਲੁਜ ਦਰਿਆ ਵਗਦੇ ਨੇ ਠੀਕ ਆ ਦੂਜਾ ਆ ਗਿਆ ਜੀ ਸਾਡੇ ਕੋਲੇ ਦੁਆਬਾ ਵਿਸਤ ਜਲੰਧਰ ਦੁਆਬ ਵੀ ਕਹਿੰਦੇ ਨੇ ਆਪਾਂ ਨੂੰ ਉੱਤਰ ਪੱਛਮ ਵਿੱਚ ਦਰਿਆ ਵਿਆਸ ਅਤੇ ਦੱਖਣ ਵਿੱਚ ਦਰਿਆ ਸਤਲੁਜ ਵਿਚਲੇ ਇਸ ਤਕਾਉਣੇ ਖੇਤਰ ਨੂੰ ਦੁਆਬਾ ਕਹਿੰਦੇ ਨੇ ਇਹਦੀ ਢਲਾਨ ਜੀ ਦੱਖਣ ਤੋਂ ਪੱਛਮ ਵੱਲ ਨੂੰ ਹੈ ਇਹ ਲਗਭਗ ਪੱਧਰੀ ਜ਼ਮੀਨ ਹੈ ਇਸ ਖੇਤਰ ਦੇ ਮਿੱਟੀ ਉਪਜਾਊ ਕਿਸਮ ਦੀ ਹੁੰਦੀ ਆ ਠੀਕ ਆ ਜੀ ਇਹਦੇ ਵਿੱਚ ਵੀ ਚਾਰ ਜ਼ਿਲ੍ਹੇ ਨੇ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਨੈਕਸਟ ਆ ਗਿਆ ਜੀ ਸਾਡੇ ਕੋਲ ਮੋਸਟ ਇੰਪੋਰਟੈਂਟ ਮਾਲਵਾ ਠੀਕ ਆ ਮਾਲਵਾ ਦੇ ਵਿੱਚ ਕਹਿੰਦਾ ਪੱਧਰੀ ਜ਼ਮੀਨ ਵਾਲੇ ਇਲਾਕੇ ਹੁੰਦੇ ਨੇ ਇਹ ਖੇਤਰ ਉੱਤਰ ਵਿੱਚ ਦਰਿਆ ਸਤਲੁਜ ਅਤੇ ਦੱਖਣ ਵਿੱਚ ਦਰਿਆ ਘੱਗਰ ਵਿਚਲਾ ਖੇਤਰ ਹੈ ਠੀਕ ਆ ਜੀ ਇਸ ਦੀ ਢਲਾਨ ਦੱਖਣ ਪੱਛਮੀ ਹੈ ਠੀਕ ਆ ਮਾਲਵਾ ਖੇਤਰ ਪੰਜਾਬ ਦਾ ਸਭ ਤੋਂ ਵੱਧ ਖੇਤਰ ਚ ਫੈਲਿਆ ਹੋਇਆ ਵਾ ਠੀਕ ਹੈ ਜੀ ਇਹਦੇ ਚ 15 ਜ਼ਿਲ੍ਹੇ ਹੁੰਦੇ ਨੇ ਆ ਜ਼ਿਲ੍ਹੇ ਨੋਟ ਕਰ ਲਿਓ ਫਿਰੋਜ਼ਪੁਰ ਫਰੀਦਕੋਟ ਫਾਜ਼ਲਕੋਟ ਬਟਿੰਡਾ ਸੰਗਰੂਰ ਮਾਨਸਾ ਮਲੇਰਕੋਟਲਾ ਜਿਹੜਾ ਹੁਣ ਇਹਨੇ ਨਵਾਂ ਕ੍ਰੀਏਟ ਹੋਇਆ ਪਟਿਆਲਾ ਮਹਾਲੀ ਮੋਗਾ ਮੁਕਸਰ ਲੁਧਿਆਣਾ ਰੂਪਨਗਰ ਤੇ ਫਤਿਹਗੜ੍ਹ ਸਾਹਿਬ ਠੀਕ ਹੈ ਜੀ ਇਹ ਆਪਣਾ ਮਾਲਵਾ ਖੇਤਰਾ ਠੀਕ ਹੈ ਜੀ ਹੁਣ ਅੱਗੇ ਆ ਗਿਆ ਜੀ ਜਿਹੜਾ ਆਪਣਾ ਰੇਤਲੇ ਟੱਬਿਆਂ ਵਾਲੇ ਖੇਤਰ ਕਿਹੜੇ ਹੁੰਦੇ ਆ ਕਹਿੰਦਾ ਪੰਜਾਬ ਦੇ ਦੱਖਣ ਪੱਛਮੀ ਖੇਤਰ ਵਿੱਚ ਇੱਕ ਅਰਧ ਖੁਸ਼ਕ ਜਲਵਾਯੂ ਹੁੰਦਾ ਇਹਦੇ ਖੇਤਰ ਦੀ ਜਿਹੜੀ ਸੀਮਾ ਵਾਰ ਰਾਜਸਥਾਨ ਦੇ ਮਾਰੂਥਲ ਨਾਲ ਲੱਗਦੀ ਹੈ ਇਸ ਖੇਤਰ ਵਿੱਚ ਥਾਂ ਥਾਂ ਤੇ ਰੇਤ ਦੇ ਢੱਲੇ ਮਿਲਦੇ ਹਨ ਭਾਵੇਂ ਸਾਰਾ ਇਲਾਕਾ ਪੱਧਰਾ ਵਾ ਪਰ ਰੇਤ ਦੇ ਟਿੱਬਿਆਂ ਤੇ ਵੱਟਾਂ ਦੀ ਬਹੁਤਾਤ ਹੈ ਠੀਕ ਆ ਇਹ ਖੇਤਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਬਠਿੰਡਾ ਆ ਜਾਂਦਾ ਫਰੀਦਕੋਟ ਫਿਰੋਜ਼ਪੁਰ ਮਾਨਸਾ ਮੌਕਸਰ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਦੇ ਕੁਝ ਭਾਗ ਆ ਜਾਂਦੇ ਨੇ ਮੋਰੋਬਚ ਇਹਨਾਂ ਨੂੰ ਆ ੱਟਬੇ ਗਿਆ ਜਾਂਦਾ ਹੈ ਇਸ ਸਾਰੇ ਖੇਤਰ ਦੀ ਸਮੁੰਦਰ ਤਲ ਤੋਂ ਉਚਾਈ ਲਗਭਗ 220 ਮੀਟਰ ਹੈ ਪੱਛਮ ਵਿੱਚ 183 ਮੀਟਰ ਹੈ ਠੀਕ ਹੈ ਹੁਣ ਆਪਾਂ ਇਹ ਆਪਾਂ ਇੱਕ ਜਾਨਕੀ ਬਹੁਤ ਇੰਪੋਰਟੈਂਟ ਇੰਪੋਰਟੈਂਟ ਚੀਜ਼ਾਂ ਲੈ ਕੇ ਆਏ ਆਂ ਆਪਾਂ ਇਹਦੇ ਵਿੱਚ ਕੋਈ ਵਾਧੂ ਘਾਟੂ ਕਰਨਾ ਕਿਉਂਕਿ ਪੜਨੋ ਤਾਂ ਜਿੰਨਾ ਮਰਜ਼ੀ ਪੜੀ ਜਾਗੇ ਬਟ ਆਪਾਂ ਉਨਾ ਹੀ ਪੜਨਾ ਵਾ ਜਿੰਨਾ ਕਿ ਆਪਣੇ ਪੇਪਰ ਦੇ ਪੁਆਇੰਟ ਆਫ 뷰 ਨਾਲ ਇੰਪੋਰਟੈਂਟ ਆ ਜਾਨਕੀ ਜੋ ਆਪਣੇ ਪੇਪਰ ਦੇ ਵਿੱਚ ਆਏਗਾ ਠੀਕ ਹੈ ਜੀ ਉਹੀ ਪੜਾਂਗੇ ਹੁਣ ਆਪਾਂ ਤੇ ਇਹਦੇ ਹੁਣ ਜੇ ਆਪਾਂ ਜੋ ਆਪਾਂ ਪੜਿਆ ਵਾ ਇਹਦੇ ਆਪਾਂ ਨਾ ਥੋੜੇ ਜਿਮ ਐਮਸੀਕਿਊ ਬਣਾਏ ਨੇ 10-12 ਐਮਸੀਕਿਊ ਤਾਂ ਉਹ ਆਪਾਂ ਕਰਾਂਗੇ ਠੀਕ ਹੈ ਜੀ ਉਹ ਚੰਗੀ ਤਰ੍ਹਾਂ ਕਰਦੇ ਆ ਤੁਸੀਂ ਯਾਨੀ ਕਿ ਬਹੁਤ ਇੰਪੋਰਟੈਂਟ ਆ ਜਿਹੜੇ ਪ੍ਰੀਵੀਅਸ ਇਅਰ ਪੇਪਰਾਂ ਚ ਵੀ ਆਏ ਹੋਏ ਨੇ ਤੇ ਅੱਗੇ ਵੀ ਆਉਣ ਦੀ ਪੂਰੀ ਪੂਰੀ ਸੰਭਾਵਨਾ ਵਾ ਠੀਕ ਆ ਚਲੋ ਜੀ ਅੱਗੇ ਹੁਣ ਆਪਾਂ ਕਰਦੇ ਆ ਇਹਦਾ ਐਮਸੀਕਿਊ ਦੀ ਠੀਕ ਆ ਹੁਣ ਆਪਾਂ ਨੂੰ ਪਹਿਲਾ ਐਮਸੀਕਿਊ ਇਹਦਾ ਪੰਜਾਬ ਭਾਰਤ ਦਾ ਕਿਹੜੇ ਹਿੱਸੇ 'ਚ ਸਥਿਤ ਆ ਇਹ ਆਪ ਦਾ ਸਨਾਮਾ ਜੀ ਪੰਜਾਬ ਭਾਰਤ ਦੇ ਕਿਹੜੇ ਹਿੱਸੇ ਵਿੱਚ ਸਥਿਤਾ ਇਹ ਹੈਗਾ ਜੀ ਆਪਣਾ ਉੱਤਰ ਪੱਛਮ ਜ਼ਿਲ੍ਹੇ ਵਿੱਚ ਠੀਕ ਹੈ ਜੀ ਹਿੱਸੇ ਵਿੱਚ ਤਾਂ ਆਪਸ਼ਨ ਨੰਬਰ 3 ਆਪਣਾ ਇਹਦਾ ਆਨਸਰ ਬਣ ਜਾਏਗਾ ਠੀਕ ਆ ਅੱਗੇ ਚੱਲਦੇ ਆਪਾਂ ਕਹਿੰਦਾ ਜੀ ਪੰਜਾਬ ਦੀ ਪੂਰਬ ਤੋਂ ਪੱਛਮ ਉੱਤਰ ਤੋਂ ਦੱਖਣ ਦੀ ਦੂਰੀ ਕਿੰਨੀ ਹੈ ਇਹ ਵੀ ਬਹੁਤ ਇੰਪੋਰਟੈਂਟ ਬਣ ਜਾਂਦਾ ਠੀਕ ਹੈ ਜੀ ਜਾਨੀ ਪਹਿਲਾਂ ਆਪਾਂ ਦੱਸਣਾ ਪੂਰਬ ਤੋਂ ਪੱਛਮ ਕਿੰਨੀ ਹੈ ਪੂਰਬ ਤੋਂ ਪੱਛਮ ਹੈਗੀ ਆ ਜੀ ਇਹਦੀ 300 ਮੀਟਰ ਠੀਕ ਹੈ ਜੀ 300 ਕਿਲੋਮੀਟਰ ਸੌਰੀ 300 ਸquare ਕਿਲੋਮੀਟਰ ਤੇ ਉੱਤਰ ਤੋਂ ਦੱਖਣ ਦੀ ਕਿੰਨੀ ਹੈ ਜੀ 335 ਕਿਲੋ ਤਾਂ ਚਾਰ ਨੰਬਰ ਆਪਸ਼ਨ ਆ ਜਿਹੜੀ ਇਹ ਆਪਣੀ ਚਾਰ ਨੰਬਰ ਆਪਸ਼ਨ ਬਣ ਜਾਂਦੀ ਹੈ ਠੀਕ ਹੈ ਜੀ ਤੇ ਅੱਗੇ ਚੱਲਦੇ ਆਪਾਂ ਨੈਕਸਟ ਆ ਗਿਆ ਜੀ ਸਾਡੇ ਕੋਲੇ ਪੰਜਾਬੀ ਪੰਜਾਬ ਕਿਸ ਦੇਸ਼ ਨਾਲ ਸੌਰੀ ਇੱਥੇ ਪੰਜਾਬੀ ਲਿਖਿਆ ਗਿਆ ਪੰਜਾਬ ਕਿਸ ਦੇਸ਼ ਨਾਲ ਪੱਛਮ ਵਿੱਚ ਆਪਣੀ ਅੰਤਰਰਾਸ਼ਟਰੀ ਸਰਹੱਦ ਸਾਂਝੀ ਕਰਦੇ ਜਾਨੀ ਪੱਛਮ ਦੇ ਵਿੱਚ ਵੈਸਟ ਦੇ ਵਿੱਚ ਕਿਹਦੇ ਨਾਲ ਦਾ ਪਾਕਿਸਤਾਨ ਨਾਲ ਅਫਗਾਨਿਸਤਾਨ ਨਾਲ ਚੀਨ ਨਾਲ ਜਾਂ ਬੰਗਲਾਦੇਸ਼ ਨਾਲ ਇਹਦਾ ਤਾਂ ਆਲਮੋਸਟ ਸਾਰਿਆਂ ਨੂੰ ਪਤਾ ਹੀ ਹੋਊਗਾ ਠੀਕ ਹੈ ਜੀ ਪਾਕਿਸਤਾਨ ਦੇ ਨਾਲ ਕਰਦਾ ਵਾ ਪਾਕਸ ਠੀਕ ਹੈ ਜੀ ਪੱਛਮ ਦੇ ਵਿੱਚ ਸੋ ਅੱਗੇ ਕਰਾਂਗੇ ਆਪਾਂ ਹੁਣ ਨੈਕਸਟ ਆਪਣਾ ਕੁਐਸਚਨ ਆ ਗਿਆ ਜੀ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ ਤੇ ਭਾਰਤ ਦੇ ਖੇਤਰਫਲ ਦਾ ਕਿੰਨਾ ਹਿੱਸਾ ਵਾ ਇਹ ਆਜੂਗਾ ਜੀ ਆਪਣਾ ਖੇਤਰਫਲ ਆ ਗਿਆ ਜੀ 50362 ਕਿਲੋਮੀਟਰ ਆ ਗਿਆ ਠੀਕ ਹੈ ਜੀ 1.54% ਠੀਕ ਹੈ ਜੀ ਇਹ ਵੀ ਮੋਸਟ ਮਾਡਰਨ ਕੁਐਸਚਨ ਬਣ ਜਾ ਰਿਹਾ ਕਿਉਂਕਿ ਇਹ ਪ੍ਰੀਵੀਅਸ ਈਅਰ ਦੇ ਪੇਪਰਾਂ ਦੇ ਵਿੱਚ ਆਏ ਹੋਏ ਨੇ ਠੀਕ ਹੈ ਲਾਸਟ 10 ਸਾਲਾਂ ਦੇ ਪੇਪਰਾਂ ਦੇ ਵਿੱਚ ਤੇ ਅੱਗੇ ਹੈਗਾ ਜੀ ਕਿ ਪੰਜਾਬ ਨੂੰ ਧਰਾਤਲ ਪੱਖੋਂ ਕਿੰਨੇ ਭਾਗਾਂ 'ਚ ਵੰਡ ਸਕਦੇ ਆ ਜਣੀ ਧਰਾਤਲ ਪੱਖੋਂ ਹੁਣੇ-ਹੁਣੇ ਆਪਾਂ ਕੀਤਾ ਸੀ ਠੀਕ ਹੈ ਜੀ ਧਰਾਤਲ ਪੱਖੋਂ ਆਪਾਂ ਵੰਡ ਸਕਦੇ ਆ ਜੀ ਆਪਾਂ ਨੂੰ ਚਾਰ ਚਾਰ ਭਾਗਾਂ ਤਾਂ ਆਪਸ਼ਨ ਨੰਬਰ 3 ਆਪਣੀ ਆ ਜੂਗੀ ਠੀਕ ਹੈ ਜੀ ਆਪਾਂ ਹੁਣੇ-ਹੁਣੇ ਆਪਾਂ ਪਹਿਲਾਂ ਆਪਾਂ ਕਰ ਚੁੱਕੇ ਆ ਨਾ ਇਹ ਤਾਂ ਅੱਗੇ ਚੱਲਦੇ ਆਪਾਂ ਨੈਕਸਟ ਜਣੀ ਇਹਨੂੰ ਮੈਂ ਥੋੜਾ ਐਕਸਪਲੇਨ ਕੀਤਾ ਵਾ ਚਾਰ ਭਾਗ ਜਿਹੜੇ ਸ਼ਿਵਾਲਿਕ ਪਹਾੜੀਆਂ ਹੋਗੀਆਂ ਕੰਢੀ ਖੇਤਰ ਹੋਗੇ ਦਰਿਆਈ ਮਿੱਟੀ ਦੇ ਮੈਦਾਨ ਹੋਗੇ ਟਿੱਲੇ ਵਾਲੇ ਮੈਦਾਨ ਹੋਗੇ ਨੈਕਸਟ ਆ ਗਿਆ ਜੀ ਪੰਜਾਬ ਦੇ ਮਾਝਾ ਦੁਆਬ ਅਤੇ ਮਾਲਵਾ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਹੁੰਦੇ ਨੇ ਇਹ ਮੋਸਟ ਇੰਪੋਰਟੈਂਟ ਕੁਐਸਚਨ ਆ ਕਿਉਂਕਿ ਇਦਾਂ ਦੇ ਕੁਐਸਚਨ ਬਣਦੇ ਆ ਇਹ ਬਣਦੇ ਕਿਉਂ ਨੇ ਕਿਉਂਕਿ ਨਾ ਹੁਣੇ-ਹੁਣੇ ਇੱਕ ਨਵਾਂ ਜ਼ਿਲ੍ਹਾ ਕ੍ਰੀਏਟ ਹੋਇਆ ਹੁਣੇ-ਹੁਣੇ ਇੱਕ ਪੇਪਰ ਵੀ ਹੋਇਆ ਸੀਗਾ ਹੁਣੇ ਰੀਸੈਂਟਲੀ ਇੱਕ ਸ਼ਾਇਦ ਕੋਆਪਰੇਟਿਵ ਕਲਰਕ ਦਾ ਪੰਜਾਬ ਕੋਆਪਰੇਟਿਵ ਬੈਂਕ ਕਲਰਕ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਪੁੱਛ ਲਿਆ ਸੀ ਕਿ ਮਾਲਵਾ ਚ ਕਿੰਨੇ ਹੁੰਦੇ ਨੇ ਜ਼ਿਲ੍ਹੇ ਹਨਾ ਤਾਂ ਇਸ ਟਾਈਮ ਆਪਣੇ ਪੰਜਾਬ ਦੇ ਵਿੱਚ 13 23 ਜ਼ਿਲ੍ਹੇ ਨੇ ਠੀਕ ਹੈ ਜੀ ਉਦੇ ਵਿੱਚ 15 ਜ਼ਿਲ੍ਹੇ ਆਉਂਦੇ ਨੇ ਮਾਲਵਾ ਚ ਚਾਰ ਜ਼ਿਲ੍ਹੇ ਦੁਆਬੇ ਚ ਹੁੰਦੇ ਨੇ ਚਾਰ ਜਿਹੜੇ ਹੁੰਦੇ ਮਾਤਾ ਆਪਸ਼ਨ ਨੰਬਰ 3 ਆਪਣਾ ਕਰੈਕਟ ਹੋ ਜਾਏਗਾ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ ਅੱਗੇ ਅਗੇ ਜੀ ਪੰਜਾਬ ਦਾ ਨਵਾਂ ਜ਼ਿਲ੍ਹਾ ਮਲੇਰਕੋਟਲਾ ਕਿਸ ਜ਼ਿਲ੍ਹੇ ਚੋਂ ਨਿਕਲਿਆ ਵਾ ਜਾਨਕਿ ਪਹਿਲਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਸੀਗਾ ਇਹ ਮਲੇਰਕੋਟਲਾ ਇਹ ਵੀ ਹੁਣੇ-ਹੁਣੇ ਕੋਆਪਰੇਟਿਵ ਬੈਂਕ ਦੇ ਵਿੱਚ ਆ ਚੁੱਕਿਆ ਵਾ ਹਨਾ ਕੁਐਸਚਨ ਹੈ ਤੇ ਜਿਨ੍ਹਾਂ ਨੇ ਪੇਪਰ ਦਿੱਤਾ ਉਹਨਾਂ ਨੂੰ ਪਤਾ ਲੱਗ ਜਾਏਗਾ ਤੇ ਸੰਗਰੂਰ ਠੀਕ ਹੈ ਜੀ ਇਹ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਨਿਕਲਿਆ ਤਾਂ ਨੈਕਸਟ ਆਪਾਂ ਕਰਾਂਗੇ ਜੀ ਨੈਕਸਟ ਆ ਗਿਆ ਜੀ ਪੰਜਾਬ ਦੇ ਮਾਲਵੇ ਖੇਤਰ ਚ ਕਿੰਨੇ ਜ਼ਿਲ੍ਹੇ ਹੁੰਦੇ ਨੇ ਹੁਣ ਇਹ ਮੋਸਟ ਮੋਸਟ ਇੰਪੋਰਟੈਂਟ ਹੋ ਜਾਂਦਾ ਮੋਸਟਲੀ ਇਹਦੇ ਵਿੱਚ ਬੱਚਾ ਕਨਫਿਊਜ਼ ਹੁੰਦਾ ਵਾ ਕਿਉਂਕਿ ਪਹਿਲਾਂ ਤਾਂ ਆਪਣਾ ਪਹਿਲਾਂ ਤਾਂ ਪਤਾ ਹੀ ਸੀਗਾ ਵੀ 14 ਜ਼ਿਲ੍ਹੇ ਹੁੰਦੇ ਨੇ ਠੀਕ ਆ ਜੀ ਹੁਣ ਇਸ ਟਾਈਮ 15ਵਾਂ ਜ਼ਿਲ੍ਹਾ ਕਿਉਂਕਿ ਨਵਾਂ ਕ੍ਰੀਏਟ ਹੋਇਆ ਮਲੇਰਕੋਟਲਾ ਇਹਦੇ ਕਰਕੇ ਬੱਚੇ ਕਨਫਿਊਜ਼ ਹੋ ਕੇ ਇਹ ਕੁਐਸਚਨ ਵੀ ਆਇਆ ਹੋਇਆ ਹੁਣੇ ਰੀਸੈਂਟਲੀ 2021 ਦੇ ਵਿੱਚ ਆਇਆ ਸੀ ਤਾਂ 15 ਜ਼ਿਲ੍ਹੇ ਆਉਂਦੇ ਆ ਠੀਕ ਆ ਜੀ ਆਪਸ਼ਨ ਨੰਬਰ 2 ਸਾਡਾ ਕਰੈਕਟ ਹੋ ਜਾਏਗਾ ਤੇ ਨੈਕਸਟ ਕੁਐਸਚਨ ਆਪਾਂ ਦੇਖੀਏ ਕਿਹੜਾ ਵਾ ਹਣ ਤੇ ਕਹਿੰਦਾ ਜੀ ਪੰਜਾਬ ਦੇ ਉੱਤਰ ਅਤੇ ਪੱਛਮ ਵਿੱਚ ਕਿਸ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਹੱਦ ਲੱਗਦੀ ਹੈ ਕਿਹੜਾ ਰਾਜ ਲੱਗਦਾ ਜੀ ਇਹ ਵੀ ਮੋਸਟ ਇੰਪੋਰਟੈਂਟ ਉੱਤਰ ਚ ਠੀਕ ਹੈ ਜੀ ਉੱਤਰ ਦੇ ਵਿੱਚ ਲੱਗੂਗੀ ਜੀ ਆਪਣੀ ਇਹ ਹਿਮਾਚਲ ਪ੍ਰਦੇਸ਼ ਆ ਉੱਤਰ ਚ ਆਪਣੇ ਚ ਹੈਗਾ ਮਤਲਬ ਪਹਿਲੀ ਉਹ ਆਪਸ਼ਨ ਆ ਤੇ ਪੱਛਮ ਚ ਜੰਮੂ ਕਸ਼ਮੀਰ ਆ ਠੀਕ ਹੈ ਜੀ ਮੋਸਟ 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 ਇੰਪੋਰਟੈਂਟ ਕੁਐਸਚਨ ਆ ਯਾਨੀ ਇਦਾਂ ਦੇ ਕੁਐਸਚਨ ਆ ਸਕਦੇ ਨੇ ਜਿਵੇਂ ਹੁਣ ਸਾਊਥ ਦੇ ਵਿੱਚ ਪੁੱਛ ਲੈਣਗੇ ਸਾਊਥ ਦੇ ਵਿੱਚ ਕਿਹੜੇ ਨੇ ਠੀਕ ਹੈ ਜੀ ਤਾਂ ਸਾਊਥ ਦੇ ਵਿੱਚ ਆਪਾਂ ਕੀਤਾ ਹੋਇਆ ਵਾ ਆਪਣਾ ਦੱਖਣ ਦੇ ਵਿੱਚ ਆਪਣਾ ਰਾਜਸਥਾਨ ਤੇ ਹਰਿਆਣਾ ਠੀਕ ਹੈ ਜੀ ਤਾਂ ਇਹ ਤਾਂ ਸੀਗਾ ਆਪਣਾ ਕੁਐਸਚਨ ਹੁਣ ਇਹ ਕਲਾਸ ਆਪਣੀ ਖਤਮ ਹੋ ਗਈ ਆ ਠੀਕ ਹੈ ਜੀ ਤੁਸੀਂ YouTube ਦੇ ਉੱਤੇ ਜਣ ਕੇ ਆਪਣੇ ਚੈਨਲ ਨਾਲ ਜੁੜਨਾ ਆਪਾਂ ਵਧੀਆ ਹਰੇਕ ਟੌਪਿਕ ਦੀ ਆਪਾਂ ਕਲਾਸ ਪ੍ਰੋਵਾਈਡ ਕਰਾਂਗੇ ਆਈਨੀ ਵਿੱਚ ਵਿਚਾਲੇ ਨਹੀਂ ਛੱਡਾਂਗੇ ਕਿ ਇੱਕ ਕਰਵਾਤੀ ਕਿ ਸਿੱਧਾ ਜਾ ਕੇ 100 MCQ ਕਰਾਤਾ 200 MCQ ਕਰਵਾਤਾ ਸਿੱਧਾ ਨਹੀਂ ਕਰਾਂਗੇ ਠੀਕ ਹੈ ਜੀ ਆਪਾਂ ਪਹਿਲਾਂ ਆਪਾਂ ਥਿਉਰੀ ਕਰਾਂਗੇ ਫਿਰ ਆਪਾਂ MCQ ਕਰਾਂਗੇ ਤਾਂ PDF ਲਈ ਤੁਹਾਨੂੰ ਮੈਂ ਦੇ ਦੂੰਗਾ ਇਹਦਾ ਲਿੰਕ ਦੇ ਦੂੰਗਾ ਆਪਣਾ ਟੈਲੀਗ੍ਰam ਦਾ ਠੀਕ ਹੈ ਜੀ PDF ਤੁਹਾਨੂੰ ਉੱਥੋਂ ਮਿਲ ਜੂਗੀ ਸਾਰੀ ਤਾਂ ਹੁਣ ਮੈਂ ਤੁਹਾਨੂੰ ਥੋੜਾ ਦੱਸਦਾ ਵੀ ਇਹ ਜਾਨਕੀ ਨੈਕਸਟ ਜਿਹੜੀਆਂ ਕਲਾਸਾਂ ਹੋਣਗੀਆਂ ਉਹਨੂੰ ਆਪਾਂ ਕਿਸ ਤਰ੍ਹਾਂ ਨਾਲ ਮੈਨੇਜ ਕਰਾਂਗੇ ਠੀਕ ਹੈ ਜਿਹੜੇ ਬਾਕੀ ਦੇ ਸਬਜੈਕਟ ਵੀ ਨੇ ਹੁਣ ਮੇਨ ਨਾਲ ਇਸ ਟਾਈਮ ਦੇ ਉੱਤੇ ਸਭ ਤੋਂ ਵੱਡੀ ਪ੍ਰੋਬਲਮ ਆਊਗੀ ਕਿ ਕਰੰਟ ਅਫੇਅਰ ਦੀ ਮੈਂ ਪਹਿਲਾਂ ਸੋਚਿਆ ਸੀ ਕਿ ਕਰੰਟ ਅਫੇਅਰ ਵੀ ਨਾਲ ਦੇ ਨਾਲ ਸਟਾਰਟ ਕਰਦਾ ਬਟ ਫਿਰ ਫਿਰ ਮੈਂ ਸੋਚਿਆ ਕਿ ਅਜੇ ਕੋਈ ਮੇਨ ਕੋਈ ਜ਼ਿਆਦਾ ਪੇਪਰ ਅਜੇ ਹੋਣ ਦੀ ਕੋਈ ਸੰਭਾਵਨਾ ਹੈ ਨਹੀਂ ਤਾਂ ਜਦੋਂ ਪੇਪਰ ਆਉਣਗੇ ਉਹਦੇ ਆਪਾਂ ਨੇੜੇ ਜਾ ਕੇ ਕਰੰਟ ਅਫੇਅਰ ਕਰਾਂਗੇ ਠੀਕ ਹੈ ਜੀ ਜਾਨਕਿ ਉਹ ਤਾਂ ਇਦਾਂ ਵੀ ਆ ਕੇ ਆਪਾਂ ਨੂੰ ਜੇ ਆਪਾਂ 2 ਮਹੀਨੇ ਪਹਿਲਾਂ ਵੀ ਪੜਨ ਲੱਗ ਜਾਈਏ ਕਰੰਟ ਅਫੇਅਰ ਤਾਂ ਆਪਾਂ 6 ਮਹੀਨੇ ਦਾ ਆਰਾਮ ਨਾਲ ਕਵਰ ਕਰ ਲਾਂਗੇ ਠੀਕ ਹੈ ਜੀ ਹੁਣ ਨੈਕਸਟ ਜੇਕਰ ਆਪਾਂ ਗੱਲ ਕਰੀਏ ਹੁਣ ਆਪਣਾ ਪੰਜਾਬ ਜੀ ਕੇ ਜਿਹ ਪੰਜਾਬ ਜੀਕੇ ਦਾ ਜਾਨਕੀ ਕੰਪਲੀਟ ਆਪਾਂ ਕਰਾਂਗੇ ਜਿੰਨਾ ਵੀ ਆਪਣਾ ਹੈਗਾ ਇਹ ਠੀਕ ਹੈ ਜੋ ਵੀ ਸਿਲੇਬਸ ਦੇ ਵਿੱਚ ਆਉਂਦਾ ਵਾ ਇਹਦੇ ਵਿੱਚ ਮੇਨ ਜਦੋਂ ਆਪਣੀਏ ਕਲਾਸ ਖਤਮ ਹੋ ਗਈ ਚਾਹੇ 15 ਕਲਾਸਾਂ ਚ ਹੋਵੇ 20 ਕਲਾਸਾਂ ਚ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਜਾਨਕੀ ਮੈਂ ਤੁਹਾਨੂੰ ਪਹਿਲਾਂ ਵੀ ਇੰਟਰੋਡਕਸ਼ਨ ਵੀਡੀਓਜ਼ ਦੇ ਵਿੱਚ ਵੀ ਦੱਸਿਆ ਸੀ ਕਿ ਉਸ ਤੋਂ ਬਾਅਦ ਆਪਾਂ ਘੱਟ ਤੋਂ ਘੱਟ ਇਹਦੀ 200 ਤੋਂ 300 ਕੁਐਸਚਨ ਜਿਹੜੇ ਕਿ ਮੋਸਟ ਇੰਪੋਰਟੈਂਟ ਜਿਹੜੇ ਕਿ ਜ਼ਿਆਦਾਤਰ ਰਿਪੀਟ ਹੋ ਰਹੇ ਆ ਪੰਜਾਬ ਦੇ ਐਗਜ਼ਾਮ ਦੇ ਵਿੱਚ ਉਹ ਸਾਰੇ ਮੈਂ ਕੰਪਾਈਲ ਕਰਕੇ ਲੈ ਕੇ ਆਉਂਗਾ ਐਮਸੀਕਿਊ ਸੀਰੀਜ਼ ਠੀਕ ਹੈ ਜਦੋਂ ਇਹ ਕੰਪਲੀਟ ਹੋ ਜੂਗੀ ਉਦੋਂ ਇਸੇ ਤਰ੍ਹਾਂ ਹੁਣ ਮੈਂ ਸੋਚਿਆ ਕਿ ਆਪਾਂ ਕਰੰਟ ਅਫੇਅਰ ਦਾ ਨਾਲ ਸਟਾਰਟ ਕਰਨਾ ਨਹੀਂ ਤਾਂ ਕਰਕੇ ਆਪਾਂ ਨਾ ਮਾਡਰਨ ਹਿਸਟਰੀ ਨਾਲ ਸਟਾਰਟ ਕਰ ਦਾਂਗੇ ਮਾਡਰਨ ਹਿਸਟਰੀ ਦੀ ਕਲਾਸ ਵੀ ਤੁਹਾਨੂੰ ਮੈਂ ਨਾਲ ਬਹੁਤ ਜਲਦੀ ਪ੍ਰੋਵਾਈਡ ਕਰੂੰਗਾ ਠੀਕ ਹੈ ਜੀ ਮਾਡਰਨ ਹਿਸਟਰੀ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਨੇ ਪੰਜਾਬ ਜੀ ਕੇ ਹੋਗਾ ਜਾਂ ਮਾਡਰਨ ਪਹਿਲਾਂ ਆਪਾਂ ਉਹੀ ਸਬਜੈਕਟ ਕਰਾਂਗੇ ਜਿਹਦੇ ਵਿੱਚੋਂ ਜ਼ਿਆਦਾ ਪੇਪਰ ਆਉਂਦਾ ਠੀਕ ਹੈ ਜੀ ਮਾਡਰਨ ਹਿਸਟਰੀ ਦੇ ਵਿੱਚ ਆਪਾਂ ਜ 1400 57 ਤੋਂ ਲੈ ਕੇ 1947 ਤੱਕ ਠੀਕ ਹੈ ਜੀ ਇਹੀ ਪੀਰੀਅਡ ਆਪਾਂ ਕੰਪਲੀਟ ਕਰਾਂਗੇ ਸਾਰਾ ਕਰਾਂਗੇ ਆਪਾਂ ਕੰਪਲੀਟ ਵਿਦ ਥੇ MCQ ਕਰਾਂਗੇ ਤੇ ਪੰਜਾਬੀ ਭਾਸ਼ਾ ਚ ਕਰਾਂਗੇ ਮੇਨ ਇਹੀ ਆ ਵੀ ਆਪਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਕੰਟੈਂਟ ਮਿਲ ਜਾ ਰਵੇ ਪਹਿਲਾਂ ਤੁਸੀਂ ਇੱਕ ਵਾਰ YouTube ਦੇ ਉੱਤੇ ਵੀਡੀਓ ਦੇਖ ਲਈ ਠੀਕ ਹੈ ਜੀ ਜੇ ਤੁਸੀਂ ਇੱਕ ਵਾਰ ਸਾਰਿਆਂ ਤੋਂ ਪਹਿਲਾਂ ਤੁਸੀਂ YouTube ਦੇ ਉੱਤੇ ਵੀਡੀਓ ਦੇਖੋ ਵੀਡੀਓ ਦੇਖੀ ਚਾਹੇ ਤੁਸੀਂ ਜੌਬ ਕਰਦੇ ਹੋ ਜੋ ਵੀ ਤੁਸੀਂ ਕਿਤੇ ਵੀ ਜਾਂਦੇ ਹੋ ਕਿਉਂਕਿ ਨਾ ਹੁਣ ਕੁਝ ਬੱਚੇ ਕਹਿ ਰਹੇ ਸੀ ਕਿ ਅਜੇ ਪੇਪਰ ਨਹੀਂ ਹੋਣਗੇ ਬਿਲਕੁਲ ਨਹੀਂ ਹੋਣਗੇ ਹੋ ਸਕਦਾ ਵੀ ਹੋ ਜਵੇ ਠੀਕ ਹੈ ਜੀ ਅਜੇ ਕੋਵਿਡ ਵੀ ਚੱਲ ਰਿਹਾ ਤੇ ਨਵੀਂ ਸਰਕਾਰ ਵੀ ਆਊਗੀ ਬਟ ਅਗਰ ਆਪਾਂ ਦੇਖੀਏ ਨਾ ਅਗਰ ਆਪਾਂ ਘੱਟ ਤੋਂ ਘੱਟ 1 ਸਾਲ ਦੀ ਘੱਟੋ ਘੱਟ 1 ਸਾਲ ਪਹਿਲਾਂ ਜੇ ਆਪਾਂ ਤਿਆਰੀ ਕਰਨੀ ਸਟਾਰਟ ਕਰਦੇ ਹਾਂ ਨਾ ਤਾਂ ਜਾ ਕੇ ਆਪਣਾ ਕੋਈ ਵੀ ਐਗਜ਼ਾਮ ਕ੍ਰੈਕ ਹੋਣਦਾ ਵਾ ਅਗਰ ਆਪਾਂ ਕਹੀਏ ਨਾ ਵੀ ਅੱਜ ਆਪਾਂ ਪੜ੍ਹਨਾ ਸਟਾਰਟ ਕਰਤਾ ਤੇ ਆਪਾਂ 2 ਮਹੀਨਿਆਂ ਨੂੰ ਆਪਾਂ ਸਾਰੀ ਆਪਾਂ ਕੀ ਕਹਿੰਦੇ ਹੁੰਦੇ ਸਬਜੈਕਟ ਕੰਪਲੀਟ ਕਰ ਲਵਾਂਗੇ ਆਪਾਂ ਸਾਰੇ ਸਬਜੈਕਟ ਕਵਰ ਕਰਨੇ ਆ ਤਾਂ ਕਰਕੇ ਜੀਕੇ ਜੇ ਆਪਾਂ ਕਹੀਏ ਨਾ B+10 ਇੱਕ ਘੱਟੋ ਘੱਟ ਇੰਨੀ ਤਾਂ ਆਣੀ ਆਣੀ ਆ 30 ਨੰਬਰ ਦੇ ਤਾਂ ਜੀਕੇ ਪੰਜਾਬ ਜੀਕੇ ਤੇ ਸਾਰੀ ਜਿੰਨੀ ਵੀ ਸਾਰੀ ਜੀਕੇ ਮਲਾਕੇ ਠੀਕ ਹੈ ਜੀ ਤੇ ਆ ਜਿਹੜਾ ਹੁਣ ਰੀਸੈਂਟਲੀ ਕਲਰਕ ਦਾ ਪੇਪਰ ਹੋਇਆ ਉਹ ਚ ਤਾਂ 40 ਨੰਬਰ ਦੀ ਪਾਤੀ ਸੀ ਹੁਣ ਰਹਿੰਦੀ ਹੁੰਦੀ ਹੈ ਜੇ ਆਪਾਂ ਦੇਖੀਏ ਇਹਦੇ ਵਿੱਚ ਹੁਣ ਅਗਰ ਆਪਾਂ ਕੋਆਪਰੇਟਿਵ ਇਨਸਪੈਕਟਰ ਹੋ ਗਿਆ ਜਾਂ ਨਾਇਬ ਤਹਿਸੀਲਦਾਰ ਹੋ ਗਿਆ ਇਹਦੇ ਵਿੱਚ 80 ਨੰਬਰ ਦੀ ਆ ਗਈ ਠੀਕ ਹੈ ਜੀ ਸੋ ਜੀਕੇ ਨੂੰ ਚੰਗੀ ਤਰ੍ਹਾਂ ਕਰ ਲੋ ਪਰ ਕਰਨਾ ਹੀ ਆਪਾਂ ਸਿਰਫ ਇੰਪੋਰਟੈਂਟ ਆ ਜਿਹੜੇ ਪੇਪਰ ਦੇ ਪੁਆਇੰਟ ਆਫ ਊ ਨਾ ਹੁੰਦੀ ਆ ਠੀਕ ਆ ਸਾਰੀਆਂ ਬੁੱਕਸ ਇਹ ਤੁਸੀਂ ਸੀਰੀਜ਼ ਇੱਕ ਵਾਰ ਲਾਓ ਠੀਕ ਹੈ ਜੀ ਜੇ ਤੁਹਾਨੂੰ ਵਧੀਆ ਲੱਗੀ ਆਪਾਂ ਵੀਡੀਓਸ ਲੈ ਕੇ ਆਵਾਂਗੇ ਸਾਰੇ ਸਬਜੈਕਟਸ ਦੀਆਂ ਲੈ ਕੇ ਆਵਾਂਗੇ ਠੀਕ ਆ ਜੀ ਤਾਂ ਤੁਸੀਂ ਦੱਸਿਓ ਵੀ ਕਿੱਦਾਂ ਲੱਗੀ ਤੁਹਾਨੂੰ ਸੀਰੀਜ਼ ਠੀਕ ਆ ਜੀ ਸੋ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤੇ ਸ਼ੇਅਰ ਕਰਿਓ ਤਾਂ ਧੰਨਵਾਦ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਥੈਂਕ ਯੂ ਵੈਰੀ ਮੱਚ